بالله من الشيطان الرجيم. بسم الله الرحمن الرحيم. صلوات الحمد لله رب العالمين والعاقبة للمتقين والجنة للمراهدين. النار للمراهدين. الصلاة والسلام على أشرف الأنبياء في شانه مزمل مدثر طه ياسين. وما أرسلناك إلا رحمة للعالمين. سوني سلوى صلى الله عليه وسلم. میں کو احمد ویر سدے دائے بڑی پیاری جی رب ربائی سنوا مومن مولایا دہا ٹھڑ جاواں کون پیا دے کہ کو پیا دے کیڑے ویلے پیا دے خیبر دا میدان تو دعا گل کے ہے در کرا ٹرے رہی جا تے پتھر دے جگر چلم کگاڑیا ہے مرم چہرے کہ جوان تو اپنا تعارف کرا میرے ماں فرمے دے کمینا کیا تعارف کرا وا میں محمد غلام چو ادنا جا غلام تیری عظمت کی سجدے کیا دے واپس والوائی محمد تیرے نال سجنا ہی نہیں کی تھی میرے ماں فرمے دے بکواس بند کر خالی میں کو محمد غلام نہ سمجھے میرے محمد دلال بہو سارے رشتے نہیں یا دے دسا کیڑا رشتہ ہی میرے ماں فرمے دے میں کو احمد ویر سدے دائے خاتون دا شوہر میں آ جڑا آیا ہے جمعیہ نے جڑا آیا ہے وچ کعبے دے بے داغو گوہر میاں سید فرمائے دے جے کواں عادت نہیں کڈ پھیرن دی او شیر ببر نر میاں جد قبضے ملکل موت را دئی او حیدر صفدر میاں بسم اللہ جی بسم اللہ کے صلوات بلند آواز نال پڑھو برکت ضرور لگے گی بس کوئی نمی گل نہیں ایک تنوں میں ربائی سنواما چاہتا تو لفظی بڑی پیاری جی ربائی ودہیا علی خیر العمل دی کر دے سلیمان منادی کیڑی او جلدی نیک عمل دے پاسے بلوایا دین دہادی ودے جڑے ٹر گئے ہن آئے واپس جلدی بن زینت گئی صحرا دی ہویا 1,24,000 دا مجمع کھلی آیت بلغ ما دی بس گل تھوڑے ذہن چ بہ گئی یہ گلا تھوڑے بچے نو یاد ہر ویلے سنتے رہتے کوئی ایسی کوئی گل نہیں ایسی کوئی کہانی نہیں مدینے والے سردار دی جڑی شیعہ قوم دے بچے نو یاد نہ ہوگی مگر ذکر ایسا ہے نا باوے فضائل ہو گئے باوے مسائب ہو گئے یہ جڑے ویلے پڑھو جڑی جات پڑھو جڑے ٹائم پڑھو یہ ہر ویلے تازہ دیکھو میں غدیر دا مقام تے خالق دے آرڈر ہویا میرا محبوب اعلان کر دے بس بڑی لمبی جی گل مگر میں مقیدہ پیا پلانے والے ممبر
ਤੇ ਮੁਹੰਮਦ ਬਿਰਾ ਦਾ ਹੱਥ ਨੱਪ ਕੇ ਬੁਲੰਦ ਕਰਕੇ ਐਲਾਨ ਕੀਤਾ, ਲੋਗੋ ਸੁਣ ਲਓ, ਮੈਂ ਆਪਣੇ ਕੋਲੋਂ ਨਹੀਂ ਪਿਆ, ਉਸਦੀ ਜ਼ਾਤ ਦਾ ਮੈਨੂੰ ਆਰਡਰ ਮਿਲਿਆ ਹੈ, ਉਹ ਮੈਂ ਤੁਸਾਂ ਸਾਰਿਆਂ ਤਾਈਂ ਪਹੁੰਚਾਉਣਾ ਹੈ। ਬਸ ਮੈਂ ਐਲਾਨ ਇਹ ਕਰਨਾ ਹੈ, ਜਿਹਦਾ ਮੈਂ ਮੌਲਾ ਮੇਰੇ ਬਾਅਦ ਉਸਦਾ ਅਲੀ ਮੌਲਾ, ਜਿਹਦਾ ਮੈਂ ਹਾਕਮ ਮੇਰੇ ਬਾਅਦ ਉਸਦਾ ਅਲੀ ਹਾਕਮ। ਜਿਹਦਾ ਮੁਹੰਮਦ ਐਲਾਨ ਕੀਤਾ, ਕਈ ਬੰਦੇ ਖੁਸ਼ ਥੇ, ਕਈਆਂ ਬੰਦਿਆਂ ਨੇ ਮੱਥੇ ਤੇ ਵੱਟ ਆਇਆ, ਬਹੁਤ ਸਾਰਾ ਵੱਟ ਆਇਆ, ਵੱਟ ਜਾਇਆ ਜੋ ਮੱਥੇ ਦੀਆਂ ਤ੍ਰਿੜਾਂ ਦੋਹਰੀਆਂ ਥੀ ਗਈਆਂ, ਬਹੁਤ ਸਾਰਾ ਵੱਟ ਆਇਆ। ਜਦੋਂ ਮੁਹੰਮਦ ਦੇਖਾ ਨਾ, ਕਾਇਨਾਤ ਦੀ ਕੁੱਲੀ ਰਾਮਤ ਇਹਨਾਂ ਦੇ ਦਿੱਲੀ ਇਰਾਦੇ ਸਮਝਦੇ ਹਨ, ਜਿਹੜੇ ਮੰਨਦੇ ਨੇ ਉਹ ਵੀ ਸਾਹਮਣੇ, ਜਿਹੜੇ ਨਹੀਂ ਮੰਨਦੇ ਉਹ ਵੀ ਸਾਹਮਣੇ। ਆਸਮਾਨ ਦੇ ਪਾਸੇ ਮੂੰਹ ਕੀਤਾ, ਪਾਲਣੇ ਵਾਲਾ ਤੇਰੇ ਫਰਮਾਨ ਮੁਤਾਬਿਕ, ਤੇਰੇ ਹੁਕਮ ਮੁਤਾਬਿਕ ਮੈਂ ਐਲਾਨ ਕਰ ਛੋੜਿਆ, ਮਗਰ ਕਈ ਬੰਦੇ ਖੁਸ਼ ਥੇ, ਕਈ ਬੰਦੇ ਖੁਸ਼ ਨਹੀਂ ਥੇ, ਕਈ ਬੰਦੇ ਮੇਰੇ ਬਿਰਾ ਅਲੀ ਦੇ ਨਾਮ ਤੂੰ ਅਲੀ ਅਲੀ ਕਰਨ ਤੂੰ ਇਨਕਾਰੀ ਹੋ ਗਏ। ਅੱਲਾ ਪਿਆ ਦੇ, ਤੂੰ ਘਬਰਾ ਨਹੀਂ, ਤੂੰ ਨਬੀ ਏ, ਮੈਂ ਖਾਲਿਕ ਹਾਂ, ਮੈਂ ਇਹਨਾਂ ਸਾਰੇ ਤੂੰ ਅਲੀ ਅਲੀ ਨ ਕਰਾਵਾਂ ਤਾਂ ਮੈਂ ਖੁਦਾ ਹੀ ਨਹੀਂ। ਅੱਲਾ ਤੁਹਾਡੇ ਬੱਚੇ ਦੀ ਹਯਾਤੀ ਕਰੇ। ਜੇ ਅੱਗੇ ਮੌਲੀ ਸਾਹਿਬ ਆ ਦਿਨ ਨਾ, ਇਹ ਸਾਰੇ ਮਸਾਹਿਬ ਖਾਨ ਮੈਂ ਦੇਖੇ, ਵੇਖਣਾ ਤਾਂ ਹੋਇਆ ਜੋ ਇੱਕ ਮੈਨੂੰ ਮਿਲ ਵੀ ਜਾਣ, ਭਾਵੇਂ ਕੋਈ ਵੱਡਾ ਮਸਾਹਿਬ ਖਾਨ ਹੋਵੇ ਭਾਵੇਂ ਛੋਟਾ ਹੋਵੇ, ਤਾਂ ਹੁਣ ਹੀ ਇੱਥੇ ਸਾਰੇ ਰਾਕਿਰ ਮੌਲਵੀ ਇਕੱਠੇ ਬੈਠੇ, ਇੱਕ ਮੈਨੂੰ ਅਸੀਂ ਜਿੱਥੇ ਬੈਠੇ ਸਾਰੇ ਬੰਦੇ, ਤੇ ਬਸ ਮੈਂ ਵੀ ਹਾਲ ਚ ਆਖਾਂ, ਜਿਤਨੀਆਂ ਵਾਣਾਂ ਦੀ ਸੁਰੇ ਨਾ ਉਹ ਸਾਰੇ ਖਾਲਿਕ ਮੈਂ ਇੱਕ ਬੰਦੇ ਨੂੰ ਦਿੱਤੀ, ਕਦੀ ਸੁਣੇ ਨੇ ਕੋਈ ਅਵਾਣ ਜ਼ਾਕਿਰ ਹੋਵੇ। ਇਸ ਵਾਸਤੇ ਅਲੀ ਜਦੀਦ ਹੈ, ਵੱਖਰਾ ਲੈ ਨੇ ਮੇਰੇ ਤੇ, ਇੰਝ ਤਾਂ ਮੈਂ ਨਹੀਂ ਆਖ ਸਕਦਾ, ਮੇਰੀ ਜੁਰਤ ਨਹੀਂ ਜੋ ਮੈਂ ਆਖਾਂ ਮੈਂ ਜ਼ਾਕਰ ਦੇਖੇ, ਸ਼ਕਲੋ ਦੇਖੇ ਮਗਰ ਇਸ ਦਮ ਮਾਰਨ ਦੀ ਜਾ ਨਹੀਂ। ਇਹ ਹਰ ਬੰਦੇ ਦਾ ਆਪਣਾ ਹਿੱਸਾ, ਭਾਵੇਂ ਕੋਈ ਭਾਵੇਂ ਜੇ ਹੋਵੇ ਨਾ, ਹਰ ਬੰਦੇ ਦਾ ਹਿੱਸਾ ਆਪਣਾ, ਮੈਂ ਜੁੜਾ ਆਖ, ਬਾਕੀ ਕਈ ਦਾ ਹਿੱਸਾ ਨਹੀਂ, ਜੋ ਮੈਂ ਤੁਹਾਡੇ ਵਤਨ ਦਾ ਬੰਦਾ, ਇਹ ਮੇਰੇ ਹਿੱਸੇ ਨਹੀਂ, ਹਿੱਸਾ ਹਰ ਬੰਦੇ ਦਾ ਅਲੀ ਜੀ ਆਪਣਾ ਆਪਣਾ ਦਿੱਤੇ, ਮੇਰਾ ਆਪਣੇ ਜਿਹੜਾ ਮੇਰੇ ਬਾਅਦ ਸੀ ਉਸਦਾ ਆਪਣਾ, ਸ਼ਾਮਤ ਹੀ ਮਜਲਿਸ ਮੰਨਣੀ ਹੈ, ਇੱਕ ਬੰਦੇ ਤੇ ਮੁੱਕ ਨਹੀਂ ਮੰਨੀ, ਹਰ ਬੰਦੇ ਆਪਣਾ ਹਿੱਸਾ ਲੈ ਕੇ ਮੰਨਣਾ। ਇਸ ਵਾਸਤੇ ਜੀ ਜਿਤਨਾ ਜਿਤਨਾ ਤੁਹਾਡਾ ਹਿੱਸਾ ਹੈ, ਕੋਈ ਅੱਖ ਐਸੀ ਹੋ ਸੀ ਜਿਹੜੀ ਸਵੇਰ ਤੋਂ ਸ਼ੁਰੂ ਥੀ ਸੀ ਸ਼ਾਮ ਤਾਈਂ ਵਸਤੀ ਰਾ ਸੀ, ਕੋਈ ਅੱਖ ਐਸੀ ਹੋ ਸੀ ਜਿਹੜੀ ਹਿੱਸਾ ਕਰਦੇ ਟਾਈਮ ਇਸ ਵਸੀ। ਇਸ ਵਾਸਤੇ ਜਿਤਨਾ ਜਿਤਨਾ ਕਿਸੇ ਨੂੰ ਅਤੀ ਆਏ, ਇਸਨੇ ਤਾਂ ਹਰ ਬੰਦੇ ਨੂੰ ਆਪਣਾ ਹਿੱਸਾ ਮਿਲਣਾ। ਜਿਹੜਾ ਮੁਹੰਮਦ ਆਖੇ ਨਾ, ਕਈ ਬੰਦੇ ਖੁਸ਼ ਥੇ, ਕਈ ਬੰਦੇ ਮੇਰੇ ਬਿਰਾ ਅਲੀ ਦੇ ਨਾਮ ਤੂੰ ਅਲੀ ਅਲੀ ਕਰਨ ਤੂੰ ਇਨਕਾਰੀ ਹੋ ਗਏ। ਅੱਲਾ ਪਿਆ ਦੇ, ਤੂੰ ਘਬਰਾ ਨਹੀਂ, ਤੂੰ ਨਬੀ ਏ, ਮੈਂ ਰੱਬ ਆ, ਮੈਂ ਖਾਲਿਕ ਆ, ਤੇਰੇ ਨਾਲ ਮੈਂ ਵਾਅਦਾ ਕਰਦਾ ਪਿਆ, ਜਿਹੜੇ ਨਹੀਂ ਮਰੇ ਦੇ ਪਏ ਨਾ, ਇਹਨਾਂ ਸਾਰੇ ਤੂੰ ਮੈਂ ਅਲੀ ਅਲੀ ਨ ਕਰਾਵਾਂ ਤਾਂ ਮੈਂ ਖੁਦਾ ਹੀ। ਹੁਣ ਗੱਲ ਇਹ ਜ਼ਿਹਨ ਵਿੱਚ ਰੱਖਣੀ, ਗੱਲ ਇਹ ਜ਼ਿਹਨ ਵਿੱਚ ਰੱਖਣੀ, ਮੈਂ ਖੁਦਾ ਹੀ ਨਹੀਂ। ਤੇ ਬੜਾ ਪਿਆਰਾ ਜਿਹਾ ਕਸੀਦਾ, ਇਤਨਾ ਮੈਂ ਇੰਕ ਨਹੀਂ ਆਖ ਸਕਦਾ ਜੀ, ਜਿਹੜਾ ਕਸੀਦਾ ਮੈਂ ਪੜਦਾ ਪਿਆ ਤੈਨੂੰ ਆਉਂਦੇ ਸਾਲ ਤਾਂ ਯਾਦ ਰਹਾ ਸੀ, ਨਹੀਂ ਇਹ ਬੜੀ ਲੰਮੀ ਮਿਆਦ ਏ, ਸਾਲ ਬੜੀ ਲੰਮੀ ਮਿਆਦ ਏ। ਇਤਨਾ ਜ਼ਰੂਰ ਆਖਣਾ, ਜੇ ਦੋ ਸ਼ੇਰ ਤੈ ਸੁਣ ਲਏ ਨਾ, ਸ਼ਾਮਤ ਹੀ ਜ਼ਰੂਰ ਯਾਦ ਰੱਖੋ। ਜਿਹੜੇ ਘਰ ਵੱਲ ਸੇ ਤੂੰ ਜ਼ਿਕਰ ਕਰੇ ਸੀ, ਜਿਹੜਾ ਪਦਰਾੜੀ ਕਸੀਦਾ ਪੜਿਆ ਯਾਰ, ਚੰਗਾ ਪੜ ਗਿਆ। ਤੇ ਮੈਂ ਆਪ ਲਿਖਦਾ ਹੀ ਨਹੀਂ, ਇਹ ਦਾਅਵਾ ਵੀ ਨਹੀਂ ਕਰਦਾ ਜੋ ਮੈਂ ਲਿਖਦਾ, ਨਹੀਂ ਇਹ ਨਕਲ ਮਾਰੇ ਵਾ ਕਸੀਦਾ, ਕਈ ਦਾ ਲਿਖਿਆ ਵਾ ਕਸੀਦਾ ਬਾਈ ਬਸ਼ੀਰ, ਕਈ ਰੰਗ ਆਪਣਾ। ਮੈਂ ਅੱਗੇ ਗੁਜ਼ਾਰਿਸ਼ ਕੀਤੀ ਜੋ ਅਲੀ ਦੀ ਦੀਦ ਦਾ ਹਿੱਸਾ ਹਰ ਬੰਦੇ ਨੂੰ ਮਿਲਦਾ। ਕਈ ਬੱਚੇ ਇਮਤਿਹਾਨ ਦਿੰਦੇ ਨਾ, ਮੈਟ੍ਰਿਕ ਦਾ, ਐਫ ਏ ਦਾ, ਐਮ ਏ ਦਾ, ਉਹ ਕਈ ਬੱਚੇ ਐਸੇ ਹੁੰਦੇ ਨੇ ਜਿਹੜੇ ਆਪਣੀ ਪਾਵਰ ਨਾਲ ਲਿਖ ਕੇ ਤੇ ਉਹ ਪਾਸ ਥੀਂਦੇ, ਕਈ ਮੇਰੇ ਜੇ ਐਸੇ ਹੀ ਹੁੰਦੇ ਜਿਹੜੇ ਨਕਲ ਮਾਰ ਕੇ ਪਾਸ ਹੋਈ ਥੀ ਰਹੇ। ਇਸ ਵਾਸਤੇ ਨਕਲ ਮਾਰਿਆ ਕਸੀਦਾ ਸਰਦਾਰਾਂ ਦੇ ਸਾਹਮਣੇ ਪੇਸ਼ ਕਰੇ ਨਾ, ਇੱਕ ਸਲਵਾਦ ਪੜ੍ਹੋ ਤੇ ਮੈਂ ਤੈਨੂੰ ਕਸੀਦਾ ਸੁਣਾ। ਮੈਂ ਖੁਦਾ ਵੀ ਨਹੀਂ, ਅਲੀ ਲੈ ਨਾ ਕਰਾ ਤਾਂ ਮੈਂ ਖੁਦਾ ਵੀ ਨਹੀਂ, ਅਲੀ ਲੈ ਅੱਲਾ ਪਿਆਰ ਦੇ ਨਬੀ ਨੂੰ ਤਾਂ ਮੈਂ ਖੁਦਾ ਵੀ ਨਹੀਂ, ਅਲੀ ਨਾ ਕਰਾ ਤਾਂ ਮੈਂ ਖੁਦਾ ਵੀ ਨਹੀਂ, ਖੁਦਾ ਵੀ ਨਹੀਂ, ਅਲੀ ਅਲੀ ਨ ਕਰਾਵਾ ਤਾਂ ਮੈਂ ਖੁਦਾ ਵੀ ਨਹੀਂ, ਅਲੀ ਅਲੀ ਨ ਕਰਾਵਾ
ਨਿਸ਼ਾਨ ਮਨਾਵਾ ਤਾਂ ਮੈਂ ਖੁਦਾ ਵੀ ਨਹੀਂ ਨਿਸ਼ਾਨ ਮਨਾਵਾ ਤਾਂ ਮੈਂ ਖੁਦਾ ਵੀ ਨਹੀਂ ਸ਼ਰੀਫਾਂ ਦਾ ਮਜਮਾ ਸ਼ੇਰ ਸੁਣਾਵਾ ਟਾਈਮ ਨਾ ਚਲਾ ਜਾਵੇ ਰੱਬੇ ਦੁਆਲਮ ਪਾਲੇ ਵਾਲਾ ਇਹ ਤੇਰੀ ਮਖਲੂਕ ਮੇਰੇ ਫਿਰਾ ਅਲੀ ਦੇ ਦਰਵਾਜ਼ੇ ਨੂੰ ਛੋੜ ਕੇ ਬੇਦਰ ਚਰਾਂ ਦੀ ਪਈਏ ਅਲੀ ਦੀ ਜਾਏ ਵਿਲਾਦਤ ਇਤਰਾਜ਼ ਕਰੇ ਨੇ ਨਹੀਂ ਮੰਨਦੇ ਅੱਲਾ ਪਿਆ ਦੇ ਖਬਰਾ ਨਹੀਂ ਮੇਰਾ ਬਾ ਮੈਂ ਹਰ ਗੱਲ ਮਨ ਵੈਸਾ ਹੁਣ ਜਿੱਥੇ ਜਿੱਥੇ ਬੈਠੇ ਨਿਆਰੇ ਮੌਲਾ ਸ਼ੇਰ ਸੁਣਨਾ ਦੇਖਾ ਮੇਰੇ ਪਾਸੇ ਭਾਈ ਅੱਛਾ ਬਿਸਮਿਲਾ ਕਰਾ ਵਾ ਤਾਂ ਅਕਬਰ ਅਲੀ ਕੁਚਾਰ ਕੇ ਬਹਿਦਾ ਜਾ ਰਵਾਦਾ ਤੇਈ ਦੀਜਾ ਹੈ ਮਿਲਾਦਾ ਤੇ ਸ਼ਕਰੇਦਾ ਹੈ ਮੈਂ ਉਹਦਾ ਸਰ ਨਾ ਝੁਕਾਵਾ ਤਾਂ ਮੈਂ ਖੁਦਾ ਵੀ ਨਹੀਂ ਮੈਂ ਉਹਦਾ ਸਰ ਨਾ ਝੁਕਾਵਾ ਚੌਧਰੀ ਮਹਿਮੂਦ ਖਾਨ ਨੇ ਸ਼ੇਰ ਸੁਣ ਲਏ ਜਿਸ ਬੰਦੇ ਸ਼ੇਰ ਚ ਨਾਰਾ ਨਹੀਂ ਮਾਰਨਾ ਧਨੀ ਵਾਲਿਓ ਸਮਝ ਲਓ ਬੰਦਾ ਸਾਰੀ ਜ਼ਿੰਦਗੀ ਨਾਰਾ ਨਹੀਂ ਮਰੇਦਾ ਅਲੀ ਦੀ ਐਸੀ ਫੌਜ ਅਲੀ ਦੀ ਐਸੀ ਫੌਜ ਨੇ ਉੱਥੇ ਰਹਿੰਦੇ ਨੇ ਮੈਂ ਰਾਤ ਹੀ ਗੁਜ਼ਾਰਿਸ਼ ਕੀਤੀ ਮਜਲਿਸ ਚ ਇਹ ਉੱਥੇ ਰਹਿੰਦੇ ਨੇ ਜਿੱਥੇ ਨਾ ਤਾਂ ਸਮੋ ਮੈਨ ਰਹਿੰਦੇ ਹੋ ਨਾ ਸਜ਼ਾ ਕੇ ਰਹਿੰਦੇ ਹੋ ਨਾ ਸਾਡੇ ਅਲਾਮਾ ਵਹਿੰਦੇ ਇਹ ਉੱਥੇ ਰਹਿੰਦੀ ਅਲੀ ਦੀ ਫੌਜ ਜਿੱਥੇ ਪਤਾ ਲੱਗੇ ਅਲੀ ਦਾ ਵੱਡਾ ਦੁਸ਼ਮਣ ਬੈਠਾ ਹੈ ਉਹਦੇ ਕਰੀਬ ਆ ਕੇ ਸੋਟਾ ਮਾਰ ਕੇ ਦੇਣ ਅਲੀ ਹਾਕੇ ਅਲੀ ਹਾਕੇ ਦੇ ਨਜ਼ਰੇ ਅੱਲਾ ਨਿਆਲੇ ਹੁਸੈਨ ਅਲੀ ਹਾਕੇ ਅਲੀ ਦੀ ਫੌਜ ਹਾਲਾ ਤੁਹਾਡੇ ਸਾਹਮਣੇ ਇਹ ਦੋ ਮਾਕਿਆਂ ਦੇ ਸਿਰ ਕੋਨੇ ਹੁੰਦੇ ਰੋਡੇ ਹੁੰਦੇ ਨੇ ਚਾਹ ਖਾਪੜੀ ਜ਼ਬਾਨ ਚ ਇੱਕ ਨਾਲ ਮਲੰਗਾਂ ਦੇ ਤੇ ਕਹਾਜੀਆਂ ਦੇ ਇਹਨਾਂ ਦੇ ਸਰ ਕੋਨੇ ਸਾਰੇ ਚ ਮਿੱਟੀ ਮੂੰਹ ਚ ਮਿੱਟੀ ਇਹਨਾਂ ਮਲੰਗਾਂ ਦਾ ਵੀ ਅੱਧਾ ਲਿਬਾਸ ਹੁੰਦਾ ਤੇ ਹਾਜੀਆਂ ਦਾ ਵੀ ਅੱਧਾ ਲਿਬਾਸ ਹੁੰਦਾ ਹੈ ਗੁਰਸ਼ੇ ਸੁਣਾਵਾ ਪਾਕ ਮੁਹੰਮਦ ਨੇ ਆਸਮਾਨ ਦੇ ਪਾਸੇ ਮੂੰਹ ਕੀਤਾ ਪਾਲਣ ਵਾਲਾ ਇਹ ਤੇਰੀ ਮਖਲੂਕ ਮੇਰੇ ਫਿਰਾ ਅਲੀ ਦੀ ਫੌਜ ਤੇ ਫਤਵੇ ਲੈਂਦੀ ਪਈ ਏ ਜੋ ਜਾ ਜਾ ਅਲੀ ਅਲੀ ਕਰੇ ਦੇਣ ਅਲੀ ਅਲੀ ਕਰੇ ਦੇਣ ਅੱਲਾ ਪਿਆ ਦੇ ਮੇਰਾ ਮਹਬੂਬ ਖਬਰਾ ਨਹੀਂ ਤੇਰਾ ਵਸੀਏ ਮੇਰਾ ਵਲੀ ਇਹਨਾਂ ਨੂੰ ਫਤਵੇ ਲਾਵਣ ਦੇ ਮੈਂ ਸਾਰੀ ਗੱਲ ਅੱਲਾ ਨਾ ਮਨਵਾਵਾਂ ਤਾਂ ਮੈਂ ਖੁਦਾ ਹੀ ਨਹੀਂ ਹੁਣ ਜਿੱਥੇ ਜਿੱਥੇ ਬੈਠੇ ਨਿਆਰੇ ਮੌਲਾ ਦੇਖਿਆ ਮੇਰੇ ਪਾਸੇ ਸ਼ੇਰ ਸੁਣਾ ਬਾਰੂ ਗੱਲ ਸੁਣਿਆ ਤਿਆਰ ਹੋ ਕਈ ਤੂੰ ਹਜ ਬੈਕੀ ਤਿਆਰ ਦੇ ਤਿਆਰ ਹੋ ਕਈ ਤੂੰ ਹਜ ਗੱਲ ਸੁਣੇ ਤਿਆਰ ਦੇ ਅਗਰ ਮਲੰਗ ਨਾ ਬਣਾਵਾ ਤਾਂ ਮੈਂ ਖੁਦਾ ਵੀ ਨਹੀਂ ਬਿਸਮਿਲਾ ਜੀ ਬਿਸਮਿਲਾ ਮੈਂ ਲੱਖ ਭਰੀ ਆਖਾਂ ਮੈਂ ਬਿਸਮਿਲਾ ਇਹ ਸ਼ੇਰ ਤਾਂ ਮੈਂ ਸਾਰੀ ਦਿਆਰ ਪੜਾ ਤਾਂ ਨਹੀਂ ਸਕਦਾ ਇੱਕ ਸਲਵਾਰ ਪੜੋ ਤੇ ਸ਼ੇਰ ਵਸ ਮਾਰੋ
اگر ملنگ نہ بناوا تا میں خدا بھی نہیں اگر ملنگ نہ بناوا تا میں خدا بھی نہیں گھبرات نہیں گئے اس سلوات پر اس ہزارہ کے نام سے اللہم صلی حکم خدا دا آیا ہے جلدی آؤ سرور نے بلوایا ہے حکم خدا دا آیا ہے جلدی آؤ سرور نے بلوایا ہے حکم خدا دا آیا ہے جلدی آؤ سرور نے بلوایا ہے آہل حکم خدا کا آیا ہے جلدی آؤ سرور نے بلوایا ہے میں پیادہ جو گل بہ گئی زیادہ پڑھن کی لوڑ نہیں میں پیادہ جو ہوئی مبارک فاطمہ سہرا کیڑی مبارک سورا تے ساڈیا کھیا ہک ہمسائی او اٹھی دیکھ تا سہی تیرے شہر دے باروں بیٹھی جا جے اکبر دی اکبر دی میں بسم اللہ کا میں بسم اللہ کا شرم جی تسری تیرے شہر دے باروں بیٹھی جانے اکبر دی اکبر دی او پھیری والے ہو اگلی دس اٹھی ملے اکبر کو ہائے بھیڑ اکبر دی تے آ گئی اکبر سیرے پائی منہ دکھلاوی کیا دے سے جدا آسیا گھر بھر گھر بھر جا جی بسم اللہ بسم اللہ دنیا لے ہو یا وین میں سید کا سرا پڑیا ہے بسم اللہ بابا میں لکھ فریا کھاں ویر سید کسرا میں پڑھیا ہے سید فواد علی شاہ دے کہہ تو علی دی دھی دا کرے دعا مانگ جڑا بند پڑھدا پیا انشاءاللہ انج ہوئے مبارک فاطمہ سگڑا سادیا کھیا ایک امزائی دیکھ تا سہی تیرے شہر دے باروں بیٹھی جاندے اکبر دی آخو شالا ہی یہ ہوئے کلو شرم نہ کرے اٹھی ملے اکبر کو آیا بھیڑ اکبر دی آدھائی اکبر سے رفائی موڈ کھلاوی کیا دے سے جدایا سیا گھر بھر جا جی بسم اللہ بسم اللہ جی جی دس موڈ
ਖਿਲਾਰੇ ਕਿਆ ਦੇਸ ਜਦਾਇਆ ਸਿਆ ਘਰ ਬਾਰ ਗਾ ਜੀ ਜੀ ਬਿਸਮਿਲਲਾ ਜੀ ਬਿਸਮਿਲਲਾ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਭੇਣੀ ਤੂੰ ਵਧੇ ਨਾ ਰੋਣ ਜੋ ਫਿਰਾ ਸਿਹਰਾ ਪੈਸੀ ਸੁਗੜਾ ਤਾਂਗ ਰੱਖੀ ਬੈਠੀ ਆਈ ਜੋ ਮੇਰਾ ਬਾਬਾ ਸ਼ਾਦੀ ਕਰੇ ਸੀ ਮੈਂ ਅਕਬਰ ਫਿਰਾ ਦਾ ਪੱਲੂ ਬਨਸਾਂ ਅਕਬਰ ਦੀ ਭੇਣ ਮਿੱਟੀ ਚ ਸੁੱਤੀ ਪਈ ਏ ਇੱਕ ਮਸਤੂਰਾਣ ਖੜੀ ਏ ਸੁਗੜਾ ਦੇ ਕੰਨ ਨਾਲ ਮੂਹ ਰਲਾਇਆ ਸਰੋ ਕਿਆ ਜੀਏ ਮੁਬਾਰਕ ਮਸੂਰਾ ਸਾਡੇ ਆਖਿਆ ਇੱਕ ਅਮਜ਼ਾਈ ਉਹ ਉੱਠੀ ਦੇਖ ਤਾਂ ਸਹੀ ਤੇਰੇ ਸ਼ਹਿਰ ਦੇ ਬਾਹਰੋਂ ਬੈਠੀ ਜੰਗ ਅਕਬਰ ਦੀ ਮਾਤਮ ਕਿਉਂ ਨਹੀਂ ਕਰੇਂਦਾ ਖਾਏ ਸੁਗੜਾ ਉੱਠੀ ਮੇਲੇ ਅਕਬਰ ਕੋ ਭੇਣ ਅਕਬਰ ਦੀ ਅਕਬਰ ਸੇਰਾ ਪਾਈ ਹੋਡਾ ਸਮੂਡ ਖਿਲਾਵੀ ਕਿਆ ਦੇ ਸੇ ਜਟਾਇਆ ਸੀ ਇੱਕ ਵਾਰ ਸੁਣਾਵਾ ਇੱਕ ਵਾਰ ਸੁਣਾਵਾ ਜ਼ਿਆਦਾ ਦੇਵੇ ਤੇ ਇੱਕ ਵਾਰ ਸੁਣਾ ਛੋੜਾ ਸ਼ਰੀਫਾਂ ਨੂੰ ਜ਼ਿਆਦਾ ਟਾਈਮ ਨਾ ਚਲਾ ਜਾਵੇ ਜੀ ਜੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਜੀ ਦਸ ਮੂੜ ਖਲਾਵੀ ਕਿਆ ਦੇਸ ਜਦਾਇਆ ਸਿਆ ਘਰ ਭਰ ਜਾਈ ਬੜਾ ਰੋਲੇ ਬੜਾ ਰੋਲੇ ਮੇਰੇ ਹਿੱਸੇ ਦਾ ਬੜਾ ਮਸਾਇਬ ਹੋ ਗਿਆ ਮਾਫੀ ਮੰਗ ਕੇ ਇਜਾਜ਼ਤ ਦਿਓ ਤੇ ਮੈਂ ਤੁਹਾਨੂੰ ਇੱਕ ਵੈਂ ਸੁਣਾ ਛੋੜਾਂ ਤੇ ਦੁਆ ਚਾ ਕਰਾਂ ਜੀ ਮੈਂ ਬਿਸਮਿਲਾ ਕਰਾਂ ਮੇਰੀ ਮਜਾਲ ਮੈਂ ਲੱਖ ਵਾਰੀ ਆਖਾਂ ਨਾ ਤੇ ਰੋਂਦੇ ਮਰਨਾ ਨਾ ਮੈਂ ਪੜਦੇ ਮਰਨਾ ਮਰ ਵੰਜਿਆ ਤੋ ਮਰ ਵੰਜਿਆ ਜਿਹੜੀ ਆਦੀ ਕਟਾਲ ਸੇ ਊ ਵੇਲੇ ਵਲ ਸੇ ਜਦ ਭੇਣ ਵਤਨ ਤੇ ਮਰ ਵੈਸੀ ਜਿਹੜੀ ਅਕਬਰ ਦੇ ਪੈਰੇ ਗੱਜ ਗੱਜ ਕੇ ਆਖਿਆ ਤਦ ਵਲ ਸੇ ਜਦ ਭੇਣ ਵਤਨ ਤੇ ਮਰ ਵੈਸੀ ਦੇਖ ਤਸਈ ਤੇਰੇ ਸ਼ਹਿਰ ਦੇ ਬਾਹਰੋਂ ਬੈਠੀ ਜਾਂਦੇ ਅਕਬਰ ਅਕਬਰ ਦੀ ਤੇਰਾ ਭਲਾ ਹੋਵੇ ਮਾਫੀ ਮੰਗ ਕੇ ਮਾਫੀ ਮੰਗ ਕੇ ਇੱਕ ਵਾਰ ਸੁਣ ਇੱਕ ਵਾਰ ਸੁਣਾਵਾਂ ਤੂੰ ਬੜਾ ਰੋ ਲਿਆ ਮੇਰੀ ਮਜਲਸ ਹੋ ਗਈ ਇਜਾਜ਼ਤ ਦੇਵੇ ਇੱਕ ਵਾਰ ਸੁਣਾਵਾਂ ਸ਼ਰੀਫਾ ਦਾ ਮਜਬਾ ਮੇਰੀ ਗੱਲ ਦੇ ਚਾਹੇ ਬੜਾ ਰੋ ਲਿਆ ਤੈ ਮੇਰੇ ਹਿੱਸੇ ਦਾ ਮਸਾਇਬ ਹੋ ਗਿਆ ਹੁਣ ਦੱਸਾਂ ਵਤਨ ਤੇ ਕੌਣ ਵਲੀਏ ਦੁਨੀਆ ਲਿਓ ਵਤਨ ਤੇ ਉਹ ਵਲੀਏ ਜਿਹੜੀ 53 ਖੇਲ ਕੇ ਗਈ ਆਈ ਤੇ 3 ਵਲਾ ਕੇ ਆਉਂਦੇ ਅਜੇ ਗੱਲ ਨਾ ਸਮਝੀ ਉਹ ਵੀ ਨਾ ਵਤ ਦੱਸਾਂ ਚਾਹ ਵਤਨ ਤੇ ਉਹ ਵਲੀਏ ਜਿਹੜੀ ਚਾਦਰ ਕਰਕੇ ਗਈ ਆਈ ਤੇ ਚਾਦਰ ਲੁਟਵਾ ਕੇ ਵਲੀ ਕੋਈ ਸ਼ਰਮ ਨਾ ਕਰੇ ਲਿਆ ਦੇ ਮੌਲਾ ਜਿਸ ਬੰਦਾ ਜੀ ਗੱਲ ਨਾ ਸਮਝੀ ਹੋਵੇ ਨਾ ਹਾਂ ਸ਼ਰੀਫਾਂ ਨੂੰ ਵੱਤ ਦੱਸਾਂ ਜੋ ਕੌਣ ਵਲੀ ਵਤਨ ਤੇ ਸ਼ਰੀਫਾ ਉਹ ਵਲੀ ਏ ਜਿਹੜੀ ਜਵਾਨ ਘਿਣ ਕੇ ਗਈ ਆਈ ਤੇ ਜ਼ਈਫ ਘਿਣ ਕੇ ਵਤਨ ਤੇ ਵਲੀ ਜਿਹੜੀ ਸਿਹਤਮੰਦ ਘਿਣ ਕੇ ਗਈ ਆਈ ਤੇ ਬੀਮਾਰ ਘਿਣ ਕੇ ਵਤਨ ਤੇ ਵਲੀ ਬਸ ਮਦੀਨੇ ਦੇ ਬਾਹਰੋਂ ਆ ਗਈ ਗੱਲ ਮੁਕਾਵਾਂ ਸੱਜਾਦ ਇੱਥੋਂ ਉੱਠ ਬਹਾ ਚਾਹ ਅੰਮਾ ਕਿਉਂ ਦੀਦੀਆ ਜੀ ਤੂੰ ਨਹੀਂ ਜਾਣਦਾ ਜਿਹੜਾ ਮੈਂ 28 ਰਜਬ ਨੂੰ ਵਤਨ ਤੋਂ ਤੁਰੀ ਜਾਂ ਇੱਥੇ ਜਾ ਤੇ ਹੁਸੈਨ ਬਿਰਾ ਡੇਰੇ ਲਾਇਆ ਤੂੰ ਤਾਂ ਖੇਮੇ ਲਾ ਨਾ ਚਾਹ ਤੇ ਮੇਰਾ ਦਿਲ ਚਾਹੁੰਦੇ ਮੈਂ ਉਹ ਜਾ ਦੇਖਣਾ ਚਾਹੁੰਦੀ ਹਾਂ ਜਿੱਥੇ ਮੇਰਾ ਅੱਬਾਸ ਬਿਰਾ ਬਾਂਦਾ ਬੀਬੀਆ ਜੀ ਮੈਂ ਉਹ ਜਾ ਦੇਖਣਾ ਚਾਹੁੰਦੀ ਹਾਂ ਜਿੱਥੇ ਮੇਰੇ ਸੋਹਣੇ ਅਕਬਰ 6 ਆਜ਼ਾਨ ਦਿੱਤੀ ਆ ਬਸ ਬੜਾ ਜਲਦੀ ਮੁਕਾਇਦਾ ਪਿਆ ਟਾਈਮ ਨਾਲ ਚਲਾ ਜਾਵੇ ਬਸ਼ੀਰ ਨੂੰ ਆਖ ਮੰਜ ਮਦੀਨੇ ਦੇ ਸ਼ਹਿਰ ਚ ਮੁਨਾਦੀ ਕਰ ਦੋ ਮਦੀਨੇ ਦੇ ਲੋਕਾਂ ਨੂੰ ਦੱਸ ਆ ਜੋ ਮਦੀਨੇ ਦੇ ਵਸਤੇ ਆਓ ਮਦੀਨੇ ਦੇ ਸਰਦਾਰ ਵਤਨ ਤੇ ਵੱਲ ਚੰਦ ਕਦਮ ਬਸ਼ੀਰ ਗਏ ਬੀਬੀਆ ਦੀ ਸੱਜਾਦ ਬਸ਼ੀਰ ਨੂੰ ਵਾਪਸ ਆ ਵਾਪਸ ਵਾਲੇ ਮੌਲਾ ਕਿਉਂ ਸੜਿਆ ਮੇਰੀ ਫੁੱਫੀ ਸੜਿਆ
मौला फूफी तो पुछते के आखना चाहती, अम्मा बशीर आदे के आखना चाहती, मेरी सहेला दी बशीर नू आख सारे मदीने दे बाजार च मुरादी करे जो मदीने दे सरदार वतन च वाल आए। मगर ख्याल करे जेरे वंजना महल्ले बनी हाशम ये मुरादी दा रुख तब्दील करे, बाकी सारे शहर च आखे जो सरदार वतन च वाल आए। महल्ले बनी हाशम इन्ना आखे इया कुछ आखे ओ बनी हाशम दी हवेली दे वस्त्यो ज़ैनब भिरा मरा के वतन च वाल। शर्म ना करे तेरे बच्चे दी हयाती होवे, बड़ा दुखी जावे सुनावा तुरे बशीर मुनादी वदा करे दे लोगो मदीने दे सरदार वतन से वाल आए। टोले दे टोले औरतों दे टुरदे आंदे ने, एक टोला टुरे है माइयां जलो बनी हाशम दी हवेली च बहनिया अकबर दी भेड़ उदसी मत मुरादी ने सुनियो। जले करीब आईया ना अकबर दी भेड़ दी केड़ी हालत है, अकबर दे पैर ते पैर मुंह रखी खड़ी है आदि उसे लेवल से जरा भेड़ कली वतन से रोल के मार बैसी। एक दीदी अक्कल मार के दी सुबरा जा सजल वाला है नी शरीफा ने सुनिया दूजी मसूर आदि हट तनु जगावण दा नहीं आ जा दुखिया नु दुखी जगह ने करी वन क्या दी सुखड़ा जाग अकबर वाला है वो बेड़ी वाले जो अकबर दा नाम है ना अकबर दी बेड़ मिट्टी तो इंजु ठीज में पक्षी नु गाज लग दे। रो क्या दी है माई सच दसा मैं अकबर सेरे पाके वाले या कोई ना सुखड़ा नहीं दस सकती जो सेरे पाके वाले या नहीं बस सुन दी पई तेरे सजन वाले माइयों मेरे नाल जुलो मैं सजन नु मिलन में आई दादी जी सुगड़ा दादी उमर बनीन मैं सुने मेरे सजन वाला है जुल मेरे नाल सजन नु मिलन में दिया दादी ये दसा मैं केड़े सजन नु मिला केड़े सजन नु ना मिला हुन वफा वेखे अब्बास दी मां दी दे कह दी सुगड़ा ख्याल त कर तू मदीनी दी मेजबान ओ तेरे शाम दे थके मेहमान कई सजन ते रंज न थी में दे कह दी दादी सफारश करनी होवी मेरे नाल ना जुले मैं चार सजन नु कोई नहीं मिलना सुगड़ा केड़े सजन नु नहीं मिलना शरीफा दा मजमा ना निश्चाया चाचा निश्चया इन्हें दादी दे पास से देख दी दादी एक तेरे पुत्र नु ना मिल सा उमल बनी हस बन कह दी सुगड़ा असा तुहाड़े नौकर हाँ असा तुहाड़े दाया और कहनू ना मिल से अमरो बाप नु ना मिल सा अकबर बिरा नु ना मिल सा सुगड़ा चौथा कहनू ना मिल सा दिया वाले सर चवे देख दी दादी जद मैं वैसा मेरा बाबा हुसैन कुर्सी ते बैठो सी सजे पास मेरा चाचा खड़ा हो सी खबे पास मेरा अकबर खड़ा हो सी मेरे बाबे दी झोली मेरा सोना असकर फिरा हो सी बाबा मैनू हकल मार के आखसी सुगड़ा आ मैनू गल्ला बाबे नू गिल्ला दे के आखसा धीया ओ आनी जड़िया सफर ते नाल खिल गया शर्म न करे न्याले मौला बलो तेरे तमहीद मुक गई वे सुनावा तुर पई सुगड़ा इनू तेरे माम तुरे आए फूफी जी अम्मा मैं वैदा मत भेण मिलन आंदी हो मैं सुगड़ा जरा है जुलबांदा बाकिर को ना लाए दो तेरे पुत्र आके भेण जरा है बैठे इनू सुगड़ा टुरी है और तरे कहने करी तरे कहने सुगड़ा इकला दा रुकवान ये तेरे राज को गैर महरम बैठे मैं को अखा पर्दा करवान एक मस्तूर वदी परदेसी मुसाफिर जी दी दी आवाज दी पर्दा करवान मेरे नाल वड्डी पर्दादार दी दी है सजाद बोलिया है मगर सुनिया नहीं एदे कदी तै नहीं सुनिया किथू दा वस्ता है मैं आदि पईया पर्दा करवाई मत कोई आ पर्देदार समझे मेरे नाल हुसैन बादशाह दी धी पई आदी मेरे नाल बतूल दी पोतरी पई आदी वड्डी पर्देदार आई तेरा थके इमाम ठंडा साबर कद बीबी झिड़का न दे जिवें मैं परदे तू वाकिफ ना इंज कोई वाकिफ नहीं मैं गैरत दा मरीज हाँ मेरा गैरत तू जिगर फट गया है मैं उठण बाण दे काबिल नहीं रह गया मैं वाला दा पर्दा बनाए ना तू अपनी सरदार जादी नु आख चुप करके लग बजे सरदार साहब तेरे बच्चे की हयाती और वैर सुनावा अकबर की भेड़ दा वैर सुने जे दिया वाले बैठे हो सुगड़ा चुप करके लग गई उथे गई है जिथे सारिया बीवियां मिट्टी से बैठिया सलाम दिता है माइयो मेरा सलाम हर मस्तू ने सलाम दिता है बीमार साढ़े सलाम मल के बैठी है सलाम ले करी माइयो दसो तुहाडे काफले सरदार बीबी कौन है हर बीबी इशारा कीते बीबी ज़ैनब दे पासे हुसैन दी तिरोण वाले ओ सूरा फुफी दे सामने मिट्टी दीवान बैठी है इंदे दे के हलो लवाज आंदी आई बीबी वो कित्थू आंदे पे ओ मेरी सैन दी हलो लवाज आंदी शाम जे तू थके नहीं जावे
ਆਵਾਜ਼ਾਂ ਦੀ ਕਿੱਥੋਂ ਆਉਂਦੇ ਪਏ ਹੋਲੇ ਹੋਲੇ ਆਵਾਜ਼ਾਂ ਦੀ ਸ਼ਾਮ ਸੁਗਰਾ ਦੀ ਆਵਾਜ਼ਾਂ ਦੀ ਬੀਬੀ ਸ਼ਾਮ ਕਿਉਂ ਗਈਆਂ ਹੋਲੇ 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 ਆਵਾਜ਼ਾਂ ਦੀ ਕੈਦ ਠੀਕ ਗਈਆਂ ਬੀਬੀ ਮਸਤੂਰ ਤੇ ਕੈਦ ਦਾ ਜੋੜ ਕੋਈ ਨਹੀਂ ਕਿਉਂ ਗਈਆਂ ਵੇ ਦੱਸਾ ਤੂੰ ਜਿਹੜਾ ਕੈਦ ਹੋਈਆਂ ਵੇ ਤੇਰਾ ਪੁੱਤਰ ਕੋਈ ਨਾ ਤੇਰਾ ਫਿਰਾ ਕੋਈ ਨਾ ਮੇਰੀ ਸਹਿਣ ਦੀ ਹੋਲੇ ਹੋਲੇ ਆਵਾਜ਼ਾਂ ਦੀ ਨਰਵਾ ਮੇਰੇ ਪੁੱਤਰੀਆਂ ਮੇਰੇ ਫਿਰਾਈਆਂ ਆਵਾਜ਼ਾਂ ਦੀ ਜਿਹੜਾ ਕੈਦ ਸਹੀਆਂ ਵੇ ਪੁੱਤਰ ਕਿਨ ਗਿਆ ਨੀ ਫਿਰਾ ਕਿਨ ਗਿਆ ਨੀ ਹੋਲੇ ਹੋਲੇ ਆਵਾਜ਼ਾਂ ਦੀ ਸਾਰੇ ਮਾਰੇ ਗਿਆ ਨੀ ਸੁਗੜਾ ਦੀ ਆਵਾਜ਼ਾਂ ਦੀ ਬੀਬੀ ਦੱਸਾਂ ਕਿਤਨੇ ਫਿਰਾ ਮਰਾਈ ਵਧੀਆ ਮੇਰੀ ਸਹਿਣ ਦੀ ਆਵਾਜ਼ਾਂ ਦੀ ਨੌ ਫਿਰਾ ਮਰਾਈ ਵਧੀਆ ਗੱਲ ਸੁਣੇ ਨਿਆਜ਼ ਆਵਾਜ਼ਾਂ ਦੀ ਨੌ ਫਿਰਾ ਮਰਾਈ ਵਧੀਆਂ ਸੁਗੜਾ ਨੀ ਦਿੱਠਿਆ ਹੋਲੇ ਹੋਲੇ ਆਵਾਜ਼ਾਂ ਦੀ ਬੀਬੀ ਕਹਿਦਾ ਪੱਥਰ ਦਾ ਜਿਗਰ ਹੀ ਨੌ ਫਿਰਾ ਮਰਾ ਕੇ ਜਜੀ ਦੀ ਵਧੀਏ ਮੇਰੀ ਸਹਿਣ ਦੀ ਆਵਾਜ਼ਾਂ ਦੀ ਸੁਗੜਾ ਗਿੱਲੇ ਨਾ ਦੇ ਤੈਨਾਂ ਜੋ ਚਾਲੀ ਦਰਵਾਜ਼ਾ ਬੰਦ ਸੀ ਗਈ ਤੂੰ ਕਿਹੜੀ ਆਸ ਸਜੀ ਦੀ ਵਧੀ ਆਵਾਜ਼ਾਂ ਦੀ ਇੱਕੋ ਆਸ ਸਜੀ ਦੀ ਵਧੀਆ ਕਿਹੜੀ ਆਸ ਸਜੀ ਦੀ ਵਧੀਏ ਬਿਮਾਰ ਦੀ ਆਵਾਜ਼ਾਂ ਦੀ ਆਈ ਮੈਂ ਜੀਦੀ ਵਧੀਆ ਮੇਰੇ ਅਕਬਰ ਦੀ ਸ਼ਾਦੀ ਹੋਣੀ ਆਈ ਮੈਂ ਫਿਰਾ ਦਾ ਪੱਲੂ ਬਣਨਾ ਜੱਡਾ ਪੱਲੂ ਦਾ ਨਾਮ ਅਲੀ ਜੀਦੀ ਦਾ ਮੂੰਹ ਕਰ ਬਣਾ ਦਾ ਫਿਰ ਗਿਰਾ ਹੋਲੇ ਆਵਾਜ਼ਾਂ ਦੀ ਅਕਬਰ ਲਾਲ ਹੁਣ ਤਿਆਵਿਆ ਭੇਣ ਪੱਲੂ ਬਣਨ ਦੀਆਂ ਤਾਂਗਾਂ ਰੱਖੀ ਮੈਂ ਤੇਰਾ ਭਲਾ ਤੇਰਾ ਭਲਾ ਆਖਰੀ ਬਿਸਮਿਲਲਾ ਆਖਰੀ ਵਾਰ ਸੁਣਾਵਾ ਹਰ ਬੀਬੀ ਕੋਲ ਗਈ ਬੀਬੀ ਦੱਸਾ ਤੇਰਾ ਕੌਣ ਮਾਰਿਆ ਕੋਈ ਆਖਿਆ ਮੇਰਾ ਪੁੱਤਰ ਮਾਰਿਆ ਕੋਈ ਆਖਿਆ ਮੇਰਾ ਭਰਾ ਮਾਰਿਆ ਉੱਥੇ ਆਈ ਹੈ ਜਿੱਥੇ ਮਾਰੋ ਬਾ ਮਿੱਟੀ ਤੇ ਬੈਠੀ ਆਈ ਹੋਲੇ ਹੋਲੇ ਵਾਲਾਂ ਦੀ ਬੀਬੀ ਦੱਸਾ ਤੇਰਾ ਕੌਣ ਮਾਰਿਆ ਰਬਾਬ ਦੀ ਹੋਲੇ ਹੋਲੇ ਵਾਲਾਂ ਦੀ ਮੇਰਾ ਪੁੱਤਰ ਮਾਰਿਆ ਮੇਰਾ ਤਾਜ ਗਿਰਿਆ ਮੇਰਾ ਬਖਤ ਗਿਆ ਮੇਰਾ ਤਖਤ ਗਿਆ ਮੇਰਾ ਕੁਛ ਨਹੀਂ ਰਹਿ ਗਿਆ ਜੇ ਦਾਦੀ ਦੇ ਪਾਸੇ ਦੇ ਕਹਿੰਦੀ ਦਾਦੀ ਵੋ ਵੱਲ ਜੁਲੂ ਹੈ ਮੈਂ ਦੇ ਸੱਜਣ ਨਹੀਂ ਇਹ ਮੈਂ ਦੇ ਸੱਜਣਾ ਮੈਨੂੰ ਗੱਲ ਆਵਾਨਾ ਮੈਨੂੰ ਰਸਤੇ ਦੇ ਹਾਲ ਸੁਣਾਵਾਨਾ ਹੁਣ ਫੇਰੀ ਵਾਲੇ ਫਿਲਾ ਬੈਠੇ ਜੁੱਠੀ ਕੇ ਮਾਤਮ ਕਰਨੀ ਦਵੈਣ ਮੇਰਾ ਸੁਣਨਾ ਸੁਗੜਾ ਵੱਲੀ ਉੱਥੋਂ ਗੁਜ਼ਰੀ ਹੈ ਜਿੱਥੇ ਤੇਰੇ 1400 ਮੀਲ ਦਾ ਥੱਕੇ ਇਮਾਮ ਸੱਜਾਦ ਮਿੱਟੀ ਤੇ ਬੈਠੇ ਸੱਜਾਦ ਕੋਲ ਉਂਝ ਗੁਜ਼ਰੀ ਹੈ ਜਿਵੇਂ ਲੱਗਦੀ ਕੁਝ ਨਾਈ ਚੰਦ ਕਦਮਾਂ ਤੇ ਗਈ ਹੈ ਬਾਕੀ ਦੀ ਆਵਾਜ਼ ਆਉਂਦੀ ਬਾਬਾ ਵੋ ਸਾਹਮਣੇ ਫੁੱਫੀ ਸੁਗਰਾ ਚੁੱਪ ਕਰਕੇ ਲੱਗੀ ਵੈ ਬਾਬਾ ਜੀ ਹੁਕਮ ਦੇ ਫੁੱਫੀ ਸੁਗਰਾ ਨੂੰ ਮੈਂ ਸਾਧ ਕੀਤੀ ਆਵਾ ਸੱਜਾਦਾ ਦੇ ਬਾਕੀ ਲਗਾ ਮੇਰੀ ਭੇਣ ਨੂੰ ਸਾਧ ਕੀਤੀ ਆ ਬਾਕਰ ਲਾਉੜਿਆ ਸੁਗੜਾ ਦੇ ਦਾਮਨ ਜੱਜ ਪਾਇਆ ਸੁਗੜਾ ਨੇ ਵੱਲ ਕੇ ਦਿੱਤੇ ਦੇ ਕਿਆ ਦੀ ਕੌਣ ਮੇਰਾ ਦਾਮਨ ਪਕੜ ਵਾਲਾ ਸੁਜਾਣ ਮੈਂ ਹੁਸੈਨ ਦੀ ਧੀ ਯਾਰ ਹਰ ਤਾਰੀ ਫਰਮਾ ਤੂੰ ਸੱਜੇ ਸੁਜਾਣ ਮੈਂ ਹੁਸੈਨ ਦੀ ਧੀ ਯਾਰ ਫੁੱਫੀ ਛਿਣਕਾ ਨਾ ਦੇ ਮੈਨੂੰ ਸੁਣਾਣ ਮੈਂ ਤੇਰਾ ਭਤੀਜਾ ਆਵਾਜ਼ਾਂ ਦੀ ਕੌਣ ਭਤੀਜਾ ਕਹਿੰਦਾ ਪੁੱਤਰ ਹੋਲੇ ਹੋਲੇ ਆਵਾਜ਼ਾਂ ਦੀ ਸੁਣਿਆ ਤੇਰੇ ਸੱਜਾ ਦਾ ਪੁੱਤਰ ਬਾਕਿਰ ਸ਼ਰੀਫ ਜਿਹੜਾ ਬਾਕਿਰ ਦਾ ਨਾਮ ਆਇਆ ਬਾਕਿਰ ਦੀ ਗੱਲ ਚ ਬਾਈ ਜਪਾਈਆ ਮੱਥਾ ਚੁਮਕਿਆ ਵੀ ਬਾਕਿਰਾ ਯਾਤੀ ਉਹ ਵੀ ਇਹ ਦੱਸਾਇਆ ਬਾਬਾ ਕਿਨ ਗਿਆ ਹੋਲੇ ਹੋਲੇ ਆਵਾਜ਼ਾਂ ਦੀ ਅੰਮਾ ਨਰਵਾਜਾ ਦੀ ਕੋਲੂ ਪਰਨਾ ਕਰਕੇ ਲੱਗੀ ਰਹਿੰਦੀ ਮੱਥਾ ਚੁੰਮ ਗਿਆ ਦੀ ਮੇਰੀ ਅੱਲਾ ਸਹੀ ਜੂ ਜੜ ਗਏ ਫਿਰ ਆਜ ਖੋਲੂ ਪਰਦਾ